ਤੁਸੀਂ ਹੈਰਾਨ ਹੋਵੋਗੇ ਕਿ ਕਿਵੇਂ ਪਾਣੀ ਦੀਆਂ ਭਰੀਆਂ ਦੋ ਬੋਤਲਾਂ ਇਨਕਲਾਈਨ ਪਾਈਪ 'ਤੇ ਆਪਣਾ ਸੰਤੁਲਨ ਬਣਾਉਂਦੀਆਂ ਹਨ। ਇਸ ਲਈ ਤੁਹਾਨੂੰ 1 ਫੁੱਟ ਲੰਬੀ PVC ਪਾਈਪ ਅਤੇ 2 ½ ਲੀਟਰ ਦੀਆਂ ਬੋਤਲਾਂ ਚਾਹੀਦੀਆਂ ਹਨ। ਪਾਈਪ ਵਿੱਚ 2 ਮੋਰੀਆਂ ਕੱਢੋ ਅਤੇ ਬੋਤਲਾਂ ਜੋੜੋ। ਪਾਈਪ ਦੇ ਹੇਠਲੇ ਹਿੱਸੇ ਨੂੰ 45 ਡਿਗਰੀ 'ਤੇ ਕੱਟ ਦਿਓ। ਹੁਣ 1 ਬੋਤਲ ਨੂੰ ਥੱਲੇ ਵਾਲੀ ਮੋਰੀ ਵਿੱਚ ਪਾ ਦਿਓ। ਤੁਸੀਂ ਇਸ ਸਾਰੇ ਇਕੱਠ ਨੂੰ ਸੰਤੁਲਨ ਵਿੱਚ ਵੇਖ ਕੇ ਹੈਰਾਨ ਹੋਵੋਗੇ। ਹੁਣ 2 ਬੋਤਲ ਨੂੰ ਉੱਪਰਲੀ ਮੋਰੀ ਵਿੱਚ ਰੱਖ ਦਿਓ। ਤੁਸੀਂ 2 ਬੋਤਲਾਂ ਅਤੇ ਪਾਈਪ ਦਾ ਸੰਤੁਲਨ ਹੈਰਾਨੀ ਨਾਲ ਵੇਖ ਸਕਦੇ ਹੋ।